कुहाड़ी से उन्हें कंधा मारा साढ़े बाप न कंधा रोक गया साढ़े बाप ने हाथ छड़ी फिर कुहाड़ी छड़ी उस हाथ स्थान लिखा बंदा जमदा सिख बनना उन्हें क्या गल सुन तू चुड़े चुड़े रही दो जुतियां मारिया तो मेरे दो मुंडे फिर मामले जा सी इन्हें जलाखियों चाह के सर सूरिए कहने ये सूरिए फिर सर छाती घर बोलते उन्हें कहना मैंने कराने भाव पढ़ा दे तो मैं उन्हें क्या मुसलमान हो गया पढ़ा दूँ वो कराने भाव पढ़ा गया जो ना होया सिखा भी पास ही हो गया सिखा भी पास ही हो गया तो फिर आप जन पहले साल मेरे जो मरिया उन्हें कहना मुसलमान पानी पियावे तो मैं मुसलमान हो गया मैंने साड़ी ना तो मैंने दफनाइए फिर दफनाया पट्टी लग गया गंगा गंगा भी पट्टी लग गया गंगे ने इतों पड़ गया ना इतों आए जवाड़ियाँ भी पड़ गए उसे गंगा करे फिर कहना फौजी कपड़े पा लो फौजी कपड़े पा ले इन्होंने मशीन गन फीड दी कितने वो जाना मशीन फीड दें तो सिख डरते फिर नौते नहीं अगर टेर ही टेर लाए पे मुसलमान अस्सलाम वालेकुम वालेकुम की हाल है ठीक हो ठीक है जी शुक्र अल्लाह का सही है तो की ना है थोड़ा वलायत ले अब्बा जी का नाम तेरे बाप का नाम जी फजल मोहम्मद ते दादे रा दा नाम दादे नाम फजल मोहम्मद फतेह मोहम्मद ठीक है ठीक है जदों 47 दी वंड हुई है ਤੁਸੀਂ ਉਦੋਂ ਕਿੱਡੇ ਗੁੱਸਾ ਹੋ ਮੈਂ 15-16 ਸਾਲ ਦਾ ਹੈ ਸੀ ਕਿ ਹਲਦਾ ਫਿਰ ਵੀ ਲਿਆ ਜਾਂਦੇ ਸੀ ਨਹੀਂ ਡੰਗਰ ਅੱਛਾ ਚਾਹੀਦਾ ਸੀ ਅੱਛਾ ਫਿਰ ਤੇ ਜਾਤ ਕਿਹੜੀ ਹੈ ਤੁਹਾਡੀ ਜਾਤ ਸਾਡੀ ਸਮਰਾ ਜੱਟ ਠੀਕ ਹੈ ਤੇ ਪਿੱਛੇ ਉਹ ਕਿਹੜਾ ਪਿੰਡ ਸੀ ਤੁਹਾਡਾ ਜਿੱਥੇ ਤੁਸੀਂ ਜੰਮੇ ਪਲੇ ਜਲਾਲਾਬਾਦ ਸਗਨਾ ਜੀ ਜਲਾਲਾਬਾਦ ਸਗਨਾ ਹੀ ਸਾਡਾ ਪਿੰਡ ਇਹਦਾ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਸਾਡਾ ਫਿਰੋਜ਼ਪੁਰ ਤਹਿਸੀਲ ਜੀਰਾ ਅਤੇ ਇਹਦੇ ਆਲੇ ਦੁਆਲੇ ਜਿਹੜੇ ਕੁਛ ਪਿੰਡ ਸਨ ਨਾ ਮੈਨੂੰ ਉਹਨਾਂ ਦੇ ਨਾਂ ਦੱਸ ਦਿਓ ਸਾਡੇ ਆਲੇ ਦੁਆਲੇ ਲੋਹਰ ਸੀ ਦਾਤਾ ਸੀ ਪਿੰਡਰ ਸੀਗੇ ਹੈਂ ਅਤੇ ਚੁੱਗਾ ਸੀ ਇਹ ਜੇ ਤੁਹਾਡੇ ਸਾਡੇ ਨਾਂ ਸੀ ਪਿੰਡ ਫਤਿਹਗੜ੍ਹ ਉਸ ਵੇਲੇ ਤੁਹਾਡੇ ਉਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕ ਰਹਿੰਦੇ ਹੁੰਦੇ ਸਨ ਸਾਡੇ ਪਿੰਡ ਰਾਜਪੂਤ ਜੀ ਜੱਟ ਗੁੱਜਰ ਡੋਗਰ ਅਤੇ ਰਾਈ ਸਾਰੀਆਂ ਕੌਮਾਂ ਸਾਡੇ ਪਿੰਡ ਪਿੰਡ ਬੜਾ ਸੀ ਠੀਕ ਹੈ ਅਤੇ ਅੱਜ ਨੱਤੀ ਬੈਠੇ ਡੋਗਰ ਵੀ ਸਾਡੇ ਪਿੰਡ ਦੇ ਬੈਠੇ ਆ ਸਹੀ ਹੈ ਮਸ਼ਹੂਰ ਵੀ ਸਾਡੇ ਪਿੰਡ ਦੇ ਇੱਥੇ ਬੈਠੇ ਆ ਘੁਮਿਆਰ ਸੀ 150 ਘੁਮਿਆਰਾਂ ਦਾ ਘਰ ਸੀ ਸਾਡੇ ਅਤੇ ਘੁਮਿਆਰ ਬੜਾ ਜਿਹਾ ਸੀ ਜਾਤਾਂ ਸਾਰੀਆਂ ਸਾਡੇ ਪਿੰਡ ਕਿਹੜੇ ਨਹੀਂ ਜਾ ਕੇ ਜਿਲ੍ਹਾ ਬਣੇ ਜਿਲ੍ਹਾ ਲਾ ਹੱਥ ਲਾ ਪੈਂਦੇ ਸੀ ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ ਮੁਸਲਮਾਨ ਸਾਹਿਬ ਪਿੰਡ ਹੀ ਮੁਸਲਮਾਨਾਂ ਦੇ ਸਿੱਖ ਥੋੜ੍ਹੇ ਸੀ ਸਿੱਖ ਖਤਰੇ ਥੋੜ੍ਹੇ ਸੀ ਜ਼ੋਰ ਹੀ ਮੁਸਲਮਾਨਾਂ ਦਾ ਸੀ ਜੇ ਨਾ ਜ਼ੋਰ ਹੁੰਦਾ ਸਾਨੂੰ ਲੰਘਾਉਂਦੇ ਸੀ ਸਿੱਖ ਡਰਦੇ ਸਾਡੇ ਕੋਲ ਡਰਦੇ ਹੀ ਸਿੱਖ ਦੇ ਨਹੀਂ ਤਾਂ ਪੈਸਾ ਨਾ ਸਾਹਮਣੇ ਮੇਰਾ ਵੇਖ ਕੇ ਗੱਲ ਕਰੋ ਗੱਲ ਜਿਹੜੀ ਨਾ ਮੇਰਾ ਵੇਖ ਕੇ ਕਰੋ ਹਾਂਜੀ ਅਤੇ ਸਾਰਾ ਮੁਸਲਮਾਨਾਂ ਜ਼ੋਰ ਸੀ ਉੱਥੇ ਸਹੀ ਹੈ ਅਤੇ ਸਿੱਖਾਂ ਦੇ ਅਤੇ ਖੱਤਰੀਆਂ ਦੇ ਕਿੰਨੇ ਕੁ ਘਰ ਸਨ ਖੱਤਰੀਆਂ ਦਾ ਮੈਂ ਪੂਰਾ ਜਿਹਾ ਇਸ ਨੂੰ ਮੈਂ ਪੜ੍ਹਨ ਸਾਰਾ ਫਿਰਿਆ ਸੀ ਅੰਦਾਜ਼ਨ ਅੰਦਾਜ਼ਾ ਸੀ ਜੀ ਇਹਨਾਂ ਦਾ ਤੀਆ ਚੌਥਾ ਐਸਾ ਹੈ ਸੀਗੇ ਠੀਕ ਹੈ ਤੀਆ ਚੌਥਾ ਐਸਾ ਸੀ ਸਿੱਖਾਂ ਦਾ ਖੱਤਰੀਆਂ ਦਾ ਰਲ ਰੋਲ ਕੇ ਨਾ ਤੀਆ ਚੌਥਾ ਦਾ ਬਣਦਾ ਸੀ ਅਤੇ ਹੋਰ ਸਾਰੇ ਮੁਸਲਮਾਨ ਸੀ ਸਿੱਖ ਜ਼ਿਮੀਦਾਰ ਸਨ ਹਾਂ ਜ਼ਿਮੀਦਾਰ ਸਿੱਖ ਕਿਹੜੇ ਜੱਟ ਹੀ ਸਨ ਸਮਰਾ ਜੱਟ ਸਮਰਾ ਸੀ ਉਹ ਖੇ ਉਹਨਾਂ ਸਿੱਖਾਂ ਦਾ ਨਹੀਂ ਪਤਾ ਕਿਹੜੀ ਜਾਤ ਸੀ ਉਹਨਾਂ ਦੇ ਉਹਨਾਂ ਸਿੱਖ ਮੁਸਲਮਾਨ ਜਿਹੜੇ ਨੇ ਉਹ ਜੱਟ ਸਮਰਾ ਸਨ ਆਹ ਸਮਰਾ ਸੀ ਅਤੇ ਰਾਜਪੂਤ ਵੀ ਮੁਸਲਮਾਨ ਹੈ ਸਨ ਹਾਂ ਠੀਕ ਹੈ ਠੀਕ ਹੈ ਪਿੰਡ ਦੇ ਨੰਬਰਦਾਰ ਕਿੰਨੇ ਸਨ ਉੱਥੇ ਉਹ ਲੰਬਰਦਾਰ 8 ਸੀ ਲੰਬਰਦਾਰ ਦਾ ਉਹ ਪਿੰਡ ਵੱਡਾ ਸੀ ਨਾ ਮੈਨੂੰ ਭੁੱਲ ਗਿਆ ਸਾਹਮਣੇ ਮੇਰਾ ਵੇਖੋ ਬਸ ਨਾ ਮੈਨੂੰ ਭੁੱਲ ਗਿਆ ਨੰਬਰ 8 ਸੀ ਪਿੰਡ ਦੇ ਨੰਬਰ ਪਿੰਡ ਵੱਡਾ ਸੀ ਨਾ 7 ਨੰਬਰਦਾਰ ਸਨ ਸੱਤ ਨੰਬਰਦਾਰ ਸਾਹਿਬ ਹਾਂ ਅਤੇ ਕਿਸੇ ਦਾ ਨਾਂ ਹੁੰਦਾ ਮੈਂ ਸੋਹਣੇ ਨਹੀਂ ਸੀ ਨਾ ਖਿਆਲ ਨਹੀਂ ਸੀ ਨਾ ਕਿਹਾ ਜੀ ਹਾਂ ਖੇਡ ਖੇਡਣਾ ਠੀਕ ਹੈ ਠੀਕ ਹੈ ਅਤੇ ਇਹਨਾਂ ਸਮਰਾ ਜੱਟਾਂ ਦੇ ਵਿੱਚੋਂ ਜਿਹੜੇ ਕੋਈ ਮਸ਼ਹੂਰ ਬੰਦੇ ਸਨ ਤੁਹਾਨੂੰ ਉਹਨਾਂ ਦਾ ਨਾਂ ਹੁੰਦਾ ਸਾਡਾ ਬਾਪ ਵੀ ਮਸ਼ਹੂਰ ਸੀਗਾ ਉਹ ਘੁਲਦਾ ਸੀ ਸਾਡਾ ਬਾਪ ਘੁਲਦਾ ਅੱਛਾ ਭਲਵਾਨ ਸਨ ਭਲਵਾਨ ਸੀ ਵੱਡੇ ਹੋਏ ਜਾ ਕੇ ਕਲਕੱਤੇ ਜਾ ਕੇ ਕੋਈ ਸੀ ਅੱਛਾ ਭਲਵਾਨ ਸੀ ਸਾਡਾ ਉਹਨਾਂ ਇੱਕ ਸਿੱਖ ਵੀ ਮਾਰਿਆ ਸੀ ਉਹਨਾਂ ਨੇ ਤਨ ਬੇਟੇ ਉਹ ਸਾਡਾ 16 ਪਾਜਾਂ ਵਿੱਚ ਗੱਡਾ ਲਾ ਕੇ ਨੰਗਿਆ ਸੀ ਉਹ ਸਾਡਾ ਬਾਪ ਇੱਥੇ ਗਿਆ ਉਹਨੇ ਕਿਹਾ ਤੈਨੂੰ ਕੋਈ ਫਸਲ ਪੱਕੀ ਹੈ ਅਤੇ ਤੂੰ ਗੱਡਾ ਉੱਥੇ ਲੰਘਾਉਣਾ ਤੂੰ ਇਹਦੇ ਲਗਾਇਆ ਉਹ ਸੜਕ ਬਣਦੀ ਸੀ
ਤੇ ਉਹ ਕਹਿੰਦਾ ਸਾਡੇ ਸਰਕਾਰੀ ਰਾਜ ਸਾਨੂੰ ਕਹਿੰਦਾ ਰੋਕ ਸਕਦੇ ਹਾਂ। ਉਹਨੇ ਕਿਹਾ ਤੁਸੀਂ ਬਣਦੇ ਦਾ ਪੁੱਤਰ ਬਣ ਜਾਓ, ਤੁਸੀਂ ਸੁੱਤਾਂ ਦੇ ਰਾਜ ਲਾਓ ਤੇ ਛੋਟੇ ਪੱਕੇ ਡੁੱਬਦੇ ਜੇ ਤੇ ਉਹਦਾ ਮਹੀਨਾ। ਉਹ ਕਹਿੰਦਾ ਸਾਨੂੰ ਕਹਿੰਦਾ ਰੋਕਦਾ ਸਰਕਾਰੀ ਸੜਕ ਆ। ਅੱਛਾ ਉਹਨੇ ਕਰਦਾ ਸੀ ਕਰਦਾ ਫਿਰ ਚੜਿਆ ਅਤੇ ਸਾਡੇ ਬਾਸ ਪਹਾੜੀ ਸੀ, ਉਹਨੇ ਕਰਦਾ ਮਾਰਿਆ ਸਾਡੇ ਬਾਪ ਨੂੰ। ਉਹ ਕਰਦਾ ਰੋਕ ਗਿਆ ਸਾਡੇ ਬਾਪ ਨੇ ਆਹ ਛੱਡੀ ਫਿਰ ਪਹਾੜੀ ਛੱਡੀ ਉੱਥੇ ਮਾਸ ਸਥਾਨ। ਠੀਕ ਹੈ। ਜਿਹੜੇ ਪਿੰਡ 'ਚ ਤੁਹਾਡੇ ਨਾਲ ਬਾਲ ਖੇਡਦੇ ਸਨ ਉੱਥੇ, ਹਾਂ ਤੁਹਾਨੂੰ ਉਹਨਾਂ ਦੇ ਨਾਂ ਆਉਂਦੇ ਨੇ? ਆਉਂਦੇ ਸੀ ਉਹਨਾਂ ਨਾਂ, ਉਹਨਾਂ ਕਿਸੇ ਦੇ ਨਾਂ ਸੀ ਨਿਆਮਤ, ਹੈਂ ਕਿਸੇ ਦਾ ਨਜਰਾ ਅਤੇ ਆਪਣੇ ਤੁਸੀਂ ਇੱਧਰ ਆ ਰਹੇ ਬਾਰ ਬਾਰ ਤੁਹਾਡੇ ਰਹਿੰਦੇ ਨੇ, ਹਾਂਜੀ ਕਿਸੇ ਦਾ ਫਤਿਹ ਇਹ ਜਿਹੇ ਨਾਂ ਸੀ ਜੀ। ਹਾਂ ਅਤੇ ਸਿੱਖਾਂ ਦੇ ਵਿੱਚੋਂ ਜਿਹੜੇ ਬਾਲ ਸਨ ਉਹ ਕੋਈ ਜਰਨੈਲ ਸਿੰਘ ਅਤੇ ਕੋਈ ਕਰਨੈਲ ਸਿੰਘ, ਕੋਈ ਕਰਨੈਲ ਸਿੰਘ ਅਤੇ ਕੋਈ ਜਰਨੈਲ ਸਿੰਘ ਸੀ। ਤੁਸੀਂ ਉੱਥੇ ਕੀ ਖੇਡਦੇ ਹੁੰਦੇ ਸੋ, ਜਿਹੜੇ ਬਾਲ ਨੇ ਕੀ ਖੇਡਦੇ ਸਨ? ਬਾਹਰ ਡੰਗਰ ਬੱਚੇ 'ਚ ਆਉਣਾ ਉੱਥੇ ਕੋਟ ਗੁਆਡੀ ਆਉਣ ਕੇ ਖੇਡਣਾ, ਉੱਥੇ ਕੋਈ ਆਉਣੀ ਸੀ ਜੀ ਹੋਰ ਕਰਨਾ ਸੀ, ਸੌ ਸਾਲ ਕਢਾਈ ਆਵਾਂਗਾ ਸੀ। ਸਹੀ। ਅਤੇ ਆਪਣੀ ਉੱਥੇ ਜਿਮੀ ਕਿੰਨੀ ਸੀ ਤੁਹਾਡੀ? ਜਿਵੇਂ ਸਾਡੀ ਉੱਥੇ ਸੀ 20 ਕਿੱਲੇ, ਸਾਡੇ ਦੋ ਘਰਾਂ ਸਾਰਿਆਂ ਦੇ ਸਾਧੂ ਕੇ 10 ਉਹਨਾਂ ਦੀ ਸਾਡੇ 10 ਸਾਡੀ ਸੀ। ਮਾਰੂ ਜ਼ਮੀਨ ਸੀ, ਕੋਈ ਪਾਣੀ ਪੁਣੀ ਨਹੀਂ ਲੱਗਦਾ ਅਤੇ ਉਹ ਮਾਰੂ ਜ਼ਮੀਨ ਸੀ। ਉਹ ਐਸਾ ਸਾਨੂੰ ਤੀਆ ਚੌਥਾ ਐਸਾ ਸਾਨੂੰ ਫਿਰ ਪਾਈ ਨਹੀਂ ਮਿਲੀ ਇਹਦੇ ਆ ਕੇ, ਅਤੇ ਉਹ ਫਿਰ ਇਹਦੇ ਆ ਕੇ ਖਰੀਦੀਏ ਸਾਨੂੰ ਕੋਈ ਪਾਈ ਖਰੀਦੀਏ ਸੀ ਜੀ ਜੀ, ਅਤੇ ਉਹਦਾ ਪਾਈ ਸੀ ਨਾ ਆਉਣਾ ਕੋਈ ਨਹੀਂ ਕਿਉਂ ਤੀਜੇ ਚੌਥੇ ਦਾ ਬਣਦਾ ਕਿ ਮਾਲੂ ਜ਼ਮੀਨ ਦਾ ਬਣਦਾ ਕਿ ਬਣਦਾ ਕੋਈ ਨਹੀਂ ਸੀ। ਉਹ ਆ ਕੇ ਛੋਲੇ ਬੀਜਦੇ ਨਹੀਂ ਪਈਏ, ਇਹ ਜਿਹੜੇ ਛੋਲੇ ਕਣਕ ਬੀਜ ਛੱਡੇ। ਹਾਂਜੀ। ਅਤੇ ਕਈ ਅੱਖੂ ਵੀ ਹੈ ਸੀ, ਪਾਣੀ ਹੈ ਵਡੇਰੇ ਪਾਣੀ ਨਹੀਂ ਸਿਲਾਉਂਦੇ, ਕੋਲ ਨਹਿ ਜਾਂਦੇ ਪਾਣੀ ਨਹੀਂ ਸਿਲਾਉਂਦੇ, ਪਾਣੀ ਨਹੀਂ ਸਿਲਾਉਂਦੇ ਪਾਈ ਨਹੀਂ, ਪਾਣੀ ਲੱਗਾ ਹੁੰਦਾ ਕਿ ਪਾਣੀ ਲੱਗਦਾ ਸੀ ਨਾ ਉਹ ਪਾਈ ਸਾਵੇਂ ਪਈ ਹੈ ਜੀ ਜੀ, ਜਿਹੜੇ ਪਾਣੀ ਨਹੀਂ ਸੀ ਲੱਗਾ ਉਹਦੀ ਘਾਟ ਹੋ ਗਈ। ਸਕੂਲ ਹੈ ਸੀ ਤੁਹਾਡੇ ਪਿੰਡ 'ਚ? ਦਾ ਸਿੰਘ ਜੂੜਾ ਨਹੀਂ, ਫਿਰ ਚੂੜਾ ਫਿਰ ਦਿਨ ਬਦਲ ਗਿਆ ਸੀ ਤਾਂ ਪੜ੍ਹ ਗਿਆ ਨਾ ਐਲਮਾਂ, ਇਹ ਪੜ੍ਹ ਗਿਆ ਜਿਸ ਵੇਲੇ ਦੀ ਇਹਨੇ ਬਣਾਇਆ ਮੈਨੂੰ ਰੋਜ਼ ਬਣਾਇਆ ਵੀ ਜਦੋਂ ਬੰਦਾ ਜੰਮਦਾ ਸਿੱਖ ਜੰਮਦਾ, ਅਤੇ ਸਾਰਾ ਕੜਾ ਹੁੰਦਾ ਲੰਬਰਦਾਰ ਸਾਡੇ ਪਿੰਡ ਦੇ, ਇਹਨੇ ਦਾਦਾ ਆਉਂਦਾ ਸੀ ਉਹਦੇ ਨਾਂ ਸੀ, ਮੈਂ ਨਾਂ ਭੁੱਲ ਨਵੀ ਆਉਂਦਾ, ਉਹ ਬੜਾ ਕਰਨਿਆ ਸੀ ਉਹ ਬੰਦਾ ਪੜ੍ਹਿਆ ਸੀ ਉਹਦੇ ਕੋਲ ਡਿਆ ਮੀਆਂ ਜਿਹਾ ਵੇਖੋ ਮੈਂ ਨਹੀਂ ਉਹੀ ਲਿਖਿਆ ਬੰਦਾ ਜੰਮਦਾ ਸਿੱਖ ਬਣਦਾ, ਉਹਨੀ ਤਾਂ ਗੱਲ ਸੁਣ ਤੂੰ ਚੁੜੇ ਚੁੜੇ ਰਹੀ ਦੋ ਜੁੱਤੀਆਂ ਮਾਰੀਆਂ ਕਿ ਮੇਰੇ ਦੋ ਮੁੰਡੇ ਆ ਫਤਿਹ ਮੁਹੰਮਦ ਯਾਦ ਸੀ ਇਹਨਾਂ ਜਲਾਕੀਆਂ 'ਚ ਕਹਾ ਕੇ ਇਹ ਸਰ ਸੂਲੀਏ ਇਹ ਕਹਿੰਦੇ ਇਹ ਸੂਲੀਏ ਇਹ ਕਹਿੰਦੇ ਸਿੱਖ ਬਣਾਉਣ ਲਿਆ ਤੂੰ ਤੇ ਮਾਝ ਉਹਨਾਂ ਨਾਲ ਟੱਕਰ ਲਾ ਉਹਨੇ ਫਿਰ ਜ਼ਿੰਦਗੀ ਬਣਾ ਲਾ ਪਹਿਲਾਂ 100 ਜ਼ਿੰਦਗੀ ਬਣਾਈ ਸੀ ਫਿਰ ਸਾਰੇ ਸਾਧੀ ਘਰ ਚੂਤ ਹੁੰਦੇ ਉਹਨੇ ਕਹਿੰਦਾ ਮੈਨੂੰ ਕੁਰਾਨੇ ਭਾਗ ਪੜਾ ਦੇ ਅਤੇ ਮੈਂ ਉਹਨੇ ਕਿਹਾ ਮੁਸਲਮਾਨ ਹੋ ਜਾ ਤਾਂ ਪੜਾ ਦੂੰ ਉਹ ਕੁਰਾਨੇ ਭਾਗ ਪੜਾ ਕੇ ਜੇ ਨਾ ਹੋਇਆ ਸਿੱਖਾਂ ਦੇ ਪਾਸੇ ਹੋ ਗਿਆ ਸਿੱਖਾਂ ਦੇ ਪਾਸੇ ਹੋ ਗਿਆ ਅਤੇ ਫਿਰ 8 ਦਿਨ ਪਹਿਲਾਂ ਸਾਲ ਮੇਰੇ ਉਸਦੇ ਮਰਿਆ ਉਹਨੇ ਕਹਿੰਦਾ ਮੁਸਲਮਾਨ ਪਾਣੀ ਪਿਆਵੇ ਅਤੇ ਮੈਂ ਮੁਸਲਮਾਨ ਹੋ ਗਿਆ ਮੈਨੂੰ ਸਾਲੀਓ ਨਾ ਅਤੇ ਮੈਨੂੰ ਦਫਨਾਇਓ ਫਿਰ ਦਫਨਾਇਆ ਸੀ ਉਹਦਾ ਨਾਂ ਕੀ ਸੀ ਵਿਆਹ ਸਿੰਘ ਵਿਆਹ ਸਿੰਘ ਸਾਧੂ ਆਰਫ ਫਿਰ ਸਾਧੂ ਆਰਫ ਬਣ ਗਿਆ ਵਿਆਹ ਸਿੰਘ ਸਾਧੂ ਆਰਫ ਉਹਦੀਆਂ ਹਜੇ ਕਿਤਾਬਾਂ ਚੱਲਦੀਆਂ ਨੇ ਸਕੂਲ ਹੈ ਸੀ ਸਕੂਲ ਹਾਂ ਸਕੂਲ ਆਇਆ ਸੀ ਹਾਂ ਸਭ ਪਤਾ ਉਹਨੇ 8ਵੀਂ 10ਵੀਂ ਦਾ ਮੈਂ ਉਹਨਾਂ ਖਿਆਲ ਨਹੀਂ ਗਿਆ ਅਤੇ ਉਦੋਂ ਨਾ ਪੰਡਾ ਸਾਰੇ ਹਿੰਦੁਸਤਾਨ ਸਕੂਲ ਦੇ ਵਿਆਹ ਸਿੱਖਣ ਲਾਇਆ ਕਦੇ ਹਿੰਦੁਸਤਾਨ ਦੇ ਵਿਭਾਗ ਤੋਂ ਬਣਦੇ ਨਾ ਅਤੇ ਕਦੇ ਮੁੜੇ ਝੰਡੇ ਬਣੇ ਸੀ ਨਾ ਫਿਰ ਸਕੂਲ ਦੇ ਸਾਲੇ ਦਾ ਲਾਇਆ ਝੰਡਾ ਲਿਆ ਸਿੱਖਾਂ ਸਕੂਲ ਦੇ ਸਕੂਲ ਆਇਆ ਸੀ ਜਾਣਾ। ਅੱਛਾ ਠੀਕ ਹੈ। ਤੁਸੀਂ ਉੱਥੇ ਸਕੂਲੇ ਨਹੀਂ ਸੋ ਪੜ੍ਹੇ? ਨਹੀਂ ਮਾਇਆ ਜੀ ਕਹਾਂ ਛੱਡੋ ਗਏ ਪਿਓ ਦਾਦਾ ਪੜ੍ਹਿਆ ਗਏ ਚਲੋ ਡੰਗਰ ਬੱਛਾ ਚਾਰੋ ਖੁੱਲ੍ਹੀ ਰੱਖ ਪਾਉਂਦੇ ਡੰਗਰ ਬੱਛਾ ਚਾਰਨਾ ਕਿਹੜਾ ਪਿਓ ਦਾਦਾ ਪੜ੍ਹਿਆ ਸਾਡੇ ਪਿਓ ਪੜ੍ਹਿਆ ਕੋਈ ਨਹੀਂ ਸੀ ਡੰਗਰ ਬੱਛਾ ਚਾਰੋ ਸਿੰਨੇ ਹੀ ਪੜ੍ਹ ਜਾਂਦੇ। ਉੱਥੇ ਕੋਈ ਮੇਲਾ ਵੀ ਲੱਗਦਾ ਹੁੰਦਾ ਸੀ? ਹਾਂ ਮੇਲਾ 14-13 ਦਾ ਲੱਗਦਾ ਹੈ। ਕਿੱਥੇ ਲੱਗਦਾ ਸੀ ਮੇਲਾ? ਮੇਲਾ ਸਾਡੇ ਪਿੰਡ ਲੱਗਦਾ ਬਾਬਾ ਸਾਹਿਬ ਕਮੀਰ ਬਾਬਾ ਸਾਹਿਬ ਕਮੀਰ ਦਾ ਮੇਲਾ ਲੱਗਦਾ ਸੀ 14-13 ਦਾ ਲੱਗਦਾ ਸੀ ਇੱਕ ਜਿਵੇਂ ਰਾਤ ਸਾਡੀ ਦੂਜੀ ਜਿਵੇਂ ਰਾਤ ਦਾ ਲੱਗਦਾ ਸੀ। ਅੱਛਾ ਮੇਲਾ 3 ਲੱਗਦਾ ਇੱਕ ਪਹਿਲਾਂ ਸੋਸ਼ੀ ਦਾ ਲੱਗਣਾ ਫਿਰ ਮੁੜ ਕੇ ਭਰਮਾ ਲੱਗਣਾ ਅਤੇ ਫਿਰ ਮੁੜ ਕੇ ਕਾਣੀ ਮਣੀ ਲੱਗਣਾ 3 ਮੇਲੇ ਲੱਗਦੇ ਸੀ ਚੇਤਰ ਦੇ ਵਿੱਚ। ਅੱਛਾ ਮੇਲੇ 'ਤੇ ਕੀ ਕੁਝ ਹੁੰਦਾ ਸੀ? ਮੇਲੇ ਦੇ ਕੋਲ ਕੋਡੀਆਂ ਕੋਲ ਗਾਉਣ ਵਾਲੇ ਹੈਂ ਅਤੇ ਮੇਲੇ ਦਾ ਸਭ ਤੋਂ ਨਾਲ ਅੱਗੋਂ ਗਾ ਸਾਡੇ ਪਿੰਡ ਉੱਥੇ ਜੇ ਭਲਿਆ ਸੀ ਕੱਚਾ ਰਾਲੀ ਵਾਲਾ ਇਹ ਉੱਥੇ ਮੈਂ ਉਹਦਾ ਛੋਟਾ ਜਿਹਾ ਵਾਵਾ ਜਦ ਵੇਖਿਆ ਅਤੇ ਉਹ ਕੰਬਰ ਸਰਦਾ ਸੀ ਬਾਹਮਣ ਖੱਤਰੀ ਉਹਨੇ ਝੰਡੀ ਬੰਨਤੀ ਅੱਗੋਂ ਕਹਿੰਦੇ ਫੜ ਲਈ ਅੱਗੋਂ ਕਹਿੰਦੇ ਪਿਓ ਨਾਲ ਰਹਿੰਦਾ ਸੀ ਸਾਡਾ
ਤੇ ਨਿਕਲ ਪਰਦੇ ਗੁੰਗਾ ਸੀ ਥਲ ਥਲ ਕਰੇ ਪਰਦੇ ਇੰਨੇ ਗਏ ਗੁੰਗੇ ਨਾਲ ਦੇਖੀ ਉਹਨੇ ਮੈਂ ਬੁਲਾ ਕਿਸੇ ਨੂੰ ਸੀਰ ਦੇ ਪੱਟੀ ਲੱਗ ਗਿਆ ਗੁੰਗਾ ਗੁੰਗੇ ਪੱਟੀ ਲੱਗ ਗਿਆ ਗੁੰਗੇ ਨੇ ਇੱਥੋਂ ਫੜ ਕੇ ਨਾ ਇੱਥੋਂ ਆਏ ਜਵਾਲੀਆਂ ਵੀ ਫੜ ਕੇ ਉੱਤੇ ਗੁੰਗਾ ਕਿਤੇ ਬਹਿ ਗਿਆ ਕਹਿੰਦਾ ਆਏ ਬੜਾ ਜਿਹਾ ਦੁਨੀਆਂ ਪੈ ਦਿੱਤਾ ਉਹਨੇ ਕਿਹਾ ਚੌਦਾਂ ਹਾਂ ਬੜਾ ਪੈਸਾ ਦਿੱਤਾ ਪਿਓ ਨੇ ਪਾ ਜਾ ਦੁਨੀਆਂ ਛੱਡੀ ਵਕਤ ਵਕਤ ਛੱਡਿਆ ਉਹਨੇ ਕਿਹਾ ਨਹੀਂ ਉਹ ਮਾਂ ਚੌਧਰੀ ਰੱਜ ਗਿਆ ਮਾਂ ਚੌਧਰੀ ਰੱਜ ਗਿਆ ਉਹਨੇ ਕਿਹਾ ਪਾਇਆ ਏਡਾ ਕਿੱਥੇ ਉਹਨੇ ਕਿਹਾ ਸਾਡਾ ਪਿੰਡ ਚਰਨਾਂ ਵਾਲੀ ਹੈ ਉੱਥੋਂ ਦਾ ਹੈ ਇੱਥੇ ਅੱਠ ਜਮਾਤਾਂ ਪੜ੍ਹੇ ਆਏ ਅਤੇ ਇਹ ਦੇਖ ਜਵਾਨ ਖੜੋ ਗਏ ਸੀ ਉਹ ਤਾਂ ਜਿਹੜੇ ਅੱਠ ਜਮਾਤਾਂ ਪੜ੍ਹੇ ਅਤੇ ਉਹਦਾ ਗੁੰਗਾ ਦੇਖਿਆ ਐਡਾ ਗੁੰਗਾ ਬੜਾ ਜਾਣੀ ਕਹਿੰਦਾ ਹੱਥ ਤੁਰਦਾ ਨਾ ਤੁਰਦਾ ਸੀ ਗੁੰਗਾ ਅਤੇ ਉਦੋਂ ਮੈਂ ਗੁੰਗੇ ਦਾ ਵਾਹਵਾ ਮੈਨੂੰ ਹੋਸ਼ ਸੀ ਉਦੋਂ ਮੈਂ ਗੁੰਗੇ ਦਾ ਘੋਲ ਦੇਖਿਆ ਜਲਾਲਾ ਵਾ ਵਿਆਹ ਸ਼ਾਦੀਆਂ ਕਿੰਝਦੇ ਹੁੰਦੇ ਸਨ ਉੱਥੇ ਹਾਂ ਵਿਆਹ ਸ਼ਾਦੀਆਂ ਤਾਂ ਕਰਦੇ ਗਾਉਣ ਵਾਲੇ ਸੱਦ ਲੈ ਕੇ ਨਕਲੀਏ ਸੱਦ ਲੈ ਅਤੇ ਨਕਲੀਏ ਸੱਦ ਲੈ ਕੇ ਗਾਉਣ ਵਾਲੇ ਸੱਦ ਲੈ ਕੇ ਗਾਹ ਲਏ ਅਤੇ ਜਦੋਂ ਟਕਟਕਾ ਉਹ ਕਰ ਲੈਂਦੇ ਸੀ ਜਿਹੜੇ ਉੱਥੇ ਪਿੰਡ ਵਿੱਚ ਸਿੱਖ ਸਨ ਅਤੇ ਖੱਤਰੀ ਸਨ ਖੱਤਰੀ ਉਹਨਾਂ ਦੇ ਨਾਲ ਮੁਸਲਮਾਨਾਂ ਦਾ ਵਰੀ ਵਰਤਨ ਪਿਆਰ ਪੋਚਾ ਕਿੰਝਦਾ ਸੀ ਪਿਆਰ ਸੀ ਹੁਣ ਖਾਤੇ ਮੈਂ ਵੀ ਜੀ ਨਾ ਸਲਾਮ ਦੁਆ ਸੀ ਨਾ ਸਲਾਮਾਂ ਲੈ ਕੇ ਵਾਲ ਇੰਨੇ ਸੀ ਨਾ ਹੋਰ ਗਏ ਉਹਨਾਂ ਨੇ ਖੱਤਰੀਆਂ ਨਾਲ ਰਿਸ਼ਤੇਦਾਰੀ ਦੇਣੀ ਸੀ ਨਾ ਸਿੱਖਾਂ ਨਾਲ ਵਿਆਹ ਸ਼ਾਦੀ ਦੇ ਉੱਤੇ ਸਾਦੇ ਕਵਾਉਂਦੇ ਸਨ ਉਹ ਵਿਆਹ ਸ਼ਾਦੀ 'ਚ ਸੱਦ ਲੈਂਦੇ ਸੀ ਉਹ ਸੱਦ ਲੈਂਦੇ ਸੀ ਇੱਕ ਦੂਜੇ ਨੂੰ ਪਿਆਰ ਨਾਲ ਸੱਦ ਲੈਂਦੇ ਸੀ ਇੱਕ ਦੂਜੇ ਨੂੰ ਖਾ ਵੀ ਲੈਂਦੇ ਸਨ ਕਿ ਨਹੀਂ ਨਹੀਂ ਉਹਨਾਂ ਖਾਣਾ ਪੀਣਾ ਵੱਖਰਾ ਸੀ ਖਾਣਾ ਪੀਣਾ ਉਹਨਾਂ ਦਾ ਉਹਨਾਂ ਵੱਖਰੀ ਰੋਟੀ ਪੱਕਦੀ ਸੀ ਉਹਨਾਂ ਦੀ ਕਰੀਆਂ ਵੱਖਰੀ ਰੋਟੀ ਪੱਕਦੀ ਸੀ ਠੀਕ ਸਿੱਖਾਂ ਦੀ ਰੋਟੀ ਵੱਖਰੀ ਪੱਕਦੀ ਸਿੱਖ ਨਹੀਂ ਮੁਸਲਮਾਨਾਂ ਨਾਲ ਖਾਂਦੇ ਸੀ ਹਾਂਜੀ ਠੀਕ ਹੈ ਉਹਦਾ ਸਰਦਾਰ ਉਹਨੇ ਸਰਦਾਰ ਘੁੰਮਦੇ ਸੀ ਸਰਦਾਰ ਸੀ ਉਹਨੂੰ ਮੀਆਂ ਕਹਿੰਦੇ ਸਾਨੂੰ ਮੀਆਂ ਕਹਿੰਦੇ ਸਰਦਾਰ ਸਰਦਾਰ ਜੀ ਕਹਿੰਦੇ ਸਿੱਖਾਂ ਨੂੰ ਜਦੋਂ ਫਿਰ ਦੇਸ਼ ਦੀ ਵੰਡ ਹੋਈ ਸੀ ਅਤੇ ਫਿਰ ਉਦੋਂ ਤੁਹਾਡੇ ਪਿੰਡ 'ਚ ਕੀ ਹੋਇਆ ਉੱਥੇ ਕੀ ਬਾਤ ਹੈ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਹਾ ਜਦੋਂ ਦੇਸ਼ ਫਿਰ ਜਦੋਂ ਪਾਕਿਸਤਾਨ ਬਣਿਆ ਸੀ ਅਤੇ ਫਿਰ ਉਦੋਂ ਤੁਸੀਂ ਉੱਥੋਂ ਕਿਵੇਂ ਆਏ ਸੋ ਉੱਥੇ ਆਏ ਫਿਰ ਉਹਨਾਂ ਨੇ ਨਿਕਲ ਜੇ ਯਾਦ ਆ ਹੈਂ ਅਤੇ ਇਹ ਹਿੰਦੁਸਤਾਨ 'ਚ ਆ ਗਿਆ ਹੈਂ ਅਤੇ ਫਿਰ ਜੇ ਨਿਕਲਣਾ ਪੈਣਾ ਸੀ ਫਿਰ ਉਹਦੇ ਨਿਕਲੇ ਡਰਦੇ ਉਹਨਾਂ ਨੇ ਕਿਹਾ ਜੇ ਹਿੰਦੁਸਤਾਨ 'ਚ ਮੁਲਕ ਵੰਡਿਆ ਗਿਆ ਅਤੇ ਹਿੰਦੁਸਤਾਨ 'ਚ ਆ ਗਏ ਅਤੇ ਤੁਸੀਂ ਇੱਥੇ ਤੁਹਾਡਾ ਰਹਿ ਨਹੀਂ ਸਕਦੇ ਹੁਣ ਚਾਰ ਨਿਕਲੇ ਫਿਰ ਅਸੀਂ ਨਿਕਲੇ ਉਹਨਾਂ ਨੇ ਕਿਹਾ ਹੁਣ ਤੁਹਾਡਾ ਤਲਕ ਕੀ ਹੈ ਜਗ੍ਹਾ ਮੁਲਕ ਦੀ ਵੰਡ ਹੋ ਗਈ ਹੈ ਹਾਂਜੀ ਹਾਂ ਹੁਣ ਮੁਲਕ ਦੀ ਵੰਡ ਹੋ ਗਈ ਤੁਸੀਂ ਕੀ ਕਰ ਸਕਦੇ ਫਿਰ ਅਸੀਂ ਨਿਕਲਿਆ ਜੀ ਪਿੰਡ ਦੇ ਵਿੱਚ ਤੁਹਾਡੇ ਉੱਤੇ ਕਿਸੇ ਨੇ ਹਮਲਾ ਤਾਂ ਨਹੀਂ ਸੀ ਕੀਤਾ ਨਹੀਂ ਸਾਡੇ ਪਿੰਡ ਦੇ ਨਹੀਂ ਸੀ ਸਾਡੇ ਪਿੰਡ ਰਾਜ ਹਮਲੇ ਸਾਡੇ ਹੋਏ ਅੱਛਾ ਅਤੇ ਫਿਰ ਜਦੋਂ ਤੁਸੀਂ ਪਿੰਡੋਂ ਨਿਕਲੇ ਸੋ ਅਤੇ ਉਦੋਂ ਕਿਹੜਾ ਵੇਲਾ ਸੀ ਉਦੋਂ ਕਿਹੜਾ ਵੇਲਾ ਸੀ ਅਸੀਂ ਨਵਾਜ਼ ਨਹੀਂ ਸੀ ਪੜ੍ਹੀ ਈਦ ਦਾ ਦਿਨ ਸੀ ਆ ਰੋਜ਼ਾਂ ਈਦ ਸੀ ਅਤੇ ਅਸੀਂ ਤਾਂ ਫਿਰ ਨਹੀਂ ਈਦ ਨਹੀਂ ਪੜ੍ਹੀ ਅਸੀਂ ਧੜੀ ਈਦ ਨਹੀਂ ਪੜ੍ਹੇ ਨਿਕਲਣ ਦੀ ਕੀਤੀ ਸਾਡੇ ਵੇਟ ਸੀ ਇੱਕ ਪਿੰਡ ਥੋੜ੍ਹੇ ਦਰਿਆ ਪਾਰ ਅਸੀਂ ਤਾਂ ਫਿਰ ਉੱਥੇ ਆ ਗਏ ਬੰਦੇ ਪੰਜ ਪਿੰਡ ਇਕੱਠੇ ਸੀ ਉੱਥੇ ਮੁਲਕ ਉੱਥੇ ਫਿਰ ਅਸੀਂ ਉੱਥੇ ਆ ਗਏ ਏਜ ਨਹੀਂ ਅਸੀਂ ਪੜ੍ਹੇ ਅਤੇ ਅਸੀਂ ਉਹਦੇ ਨਾਲ ਇਹ ਸੀ ਉਹਦੇ ਨਾਲ ਇਹ ਸੀ ਤਾਂ ਅਸੀਂ ਨਹੀਂ ਪੜ੍ਹੀ ਅੱਛਾ ਅਸੀਂ ਤਾਂ ਫਿਰ ਆਣ ਕੇ ਨਾ ਉੱਥੇ ਵੇਟ ਸੀ ਵੇਟ ਦੇ 10-12 ਪਿੰਡ ਇਕੱਠੇ ਸੀ ਦਰਿਆ ਦੇ ਉੱਤੇ ਅੱਛਾ ਅਸੀਂ ਤਾਂ ਉੱਥੇ ਆ ਗਏ ਉੱਥੋਂ ਫਿਰ ਉੱਥੇ ਜਹਾਜ਼ ਲੰਘਿਆ ਜਹਾਜ਼ ਲੰਘਿਆ ਉਹਨੇ ਕਿਹਾ ਚਲੇ ਉੱਥੇ ਕਾਗਜ਼ ਸੱਟ ਗਿਆ ਗਿਆ ਆ ਕੇ ਰੁਕੇ ਸੱਟ ਗਿਆ ਉਹਨੇ ਕਿਹਾ ਨਿਕਲ ਜੋ ਦੇਖੇ ਥੋੜ੍ਹਾ ਰਹਿਣ ਦੇਣ ਕੋਈ ਨਹੀਂ ਕਵੇ ਹਿੰਦੁਸਤਾਨ ਜਾ ਗਿਆ ਉੱਥੋਂ ਫਿਰ ਕਾਬਲਾ ਬਣ ਕੇ ਦਰਿਆ ਦੇ ਕਾਛੜ ਕਾਛੜ 'ਚ ਤੁਰੇ ਫਿਰ ਸਰਵਾਜ ਫਿਰ ਘੇਰਾ ਪੈਣ ਜਾ ਰਿਹਾ ਅਤੇ ਜਦੋਂ ਪਿੰਡੋਂ ਨਿਕਲੇ ਸੋ ਅਤੇ ਪਹਿਲੀ ਰਾਤ ਤੁਹਾਨੂੰ ਕਿੱਥੇ ਪਈ ਸੀ ਪਹਿਲੇ ਪਿੰਡ ਸੀ ਦਰਿਆਓਂ ਪਾਰ ਨਾ 8-7 ਕੋ ਸੀ ਸਰ ਤੋਂ ਦਰਿਆ ਦਰਿਆਓ ਪਾਰ ਮੁਸਲਮਾਨ ਰਹਿੰਦੇ ਸੀ ਸਰ ਮੁਸਲਮਾਨ ਹੀ ਸੀ ਪਿੰਡਾਂ ਮੁਸਲਮਾਨਾਂ ਸੀ ਪਿੰਡਾਂ ਦੇ ਅੱਛਾ ਅਸੀਂ ਤਾਂ ਫਿਰ ਉੱਥੇ ਉਹਨਾਂ ਕੋਲ ਰਹਿੰਦੇ ਰਹੇ 8-7 ਦਿਨ ਆਉਂਦੇ ਸਾਹ ਫਿਰ ਉਹਨਾਂ ਨੇ ਉੱਥੇ ਕੋਈ ਜਾ ਨਾ ਗਿਆ ਰੁਕੇ ਸੱਟ ਗਿਆ ਉਹਨੇ ਕਹਿੰਦੇ ਕੁਝ ਫਿਰ ਅਸੀਂ ਨਿਕਲੇ ਤਾਂ ਉੱਥੇ ਅਤੇ ਅਸੀਂ ਤਾਂ ਫਿਰ ਉੱਥੇ ਆ ਗਏ ਮੁਸਲਮਾਨ ਇਕੱਠੇ ਉੱਥੇ ਫਿਰ ਉਹ ਪਿੰਡਾਂ ਜਾ ਕੇ 8-7 ਪਿੰਡ ਇਕੱਠੇ ਸੀ ਮੁਸਲਮਾਨਾਂ ਦੇ ਦਰਿਆਓਂ ਪਾਰ ਅਤੇ ਅਸੀਂ ਤਾਂ ਫਿਰ ਦਰਿਆਓਂ ਪਾਰ ਆ ਗਏ ਨਾ ਉੱਥੇ ਅਤੇ ਇਕੱਠੇ ਮੁਸਲਮਾਨ ਕਿੰਨਿਆਂ ਦਿਨਾਂ ਮਗਰੋਂ ਫਿਰ ਤੁਸੀਂ ਪਾਕਿਸਤਾਨ ਆਏ ਸੋ 8 ਦਿਨਾਂ 'ਚ ਆ ਗਏ 8 ਦਿਨਾਂ 'ਚ ਆਏ ਸੋ ਅਤੇ ਰਾਜ ਕਿੱਥੇ ਕਿੱਥੇ ਹਮਲਾ ਹੋਇਆ ਤੁਹਾਡੇ ਉੱਤੇ ਹਮਲਾ ਸਾਡੇ ਮਖੂਬ ਆ ਗਿਆ ਹਮਲਾ ਹੋਇਆ ਗਾਂ ਮਲਾ ਨੇੜੇ ਹਮਲਾ ਹੁੰਦਾ ਰਿਹਾ ਉਸ ਅੰਦਰ ਫਿਰ ਮੁੜ ਕੇ ਸਾਡੀ ਮਿਲਟਰੀ ਚਲੀ ਗਈ ਰੱਬ ਉਹਨਾਂ ਦਾ ਭਲਾ ਕਰੇ ਇਹ ਫਿਰ ਸਾਨੂੰ ਲੈ ਕੇ ਆਈ ਇਹਨਾਂ ਨੇ ਫੌਜੀ ਕੱਪੜੇ ਪਾ ਲਓ ਫੌਜੀ ਕੱਪੜੇ ਪਾ ਲਏ ਇਹਨਾਂ ਨੇ ਮਸ਼ੀਨਾਂ ਗੰਨ ਫੀੜਦੀਆਂ ਉਹਨਾਂ ਕਿੱਥੇ ਹੋ ਜਾਂਦਾ ਮਸ਼ੀਨਾਂ ਫੀੜ ਦਿੰਦੇ ਸੀ ਅਤੇ ਸਿੱਖ ਡਰਦੇ ਫਿਰ ਨਹਾਉਂਦੇ ਨਹੀਂ ਸੀ ਅਤੇ ਨਹੀਂ ਅਗਰ ਢੇਰਾਂ 'ਚ ਤੇਲ ਲਾਏ ਪਏ ਮੁਸਲਮਾਨਾਂ ਦੇ ਸਿੱਖਾਂ ਨੇ ਢੇਰਾਂ 'ਚ ਤੇਲ ਲਾਏ ਪਏ ਜੀ
ਢੇਰਾਂ ਦੇ ਢੇਰ ਤੁਸੀਂ ਕਿਹੜੀ ਥਾਂ ਵੇਖੇ ਸਨ? ਅਸੀਂ ਫਿਰ ਆ ਗਏ ਇੱਥੇ ਆਪਣੇ ਰਾਏਵਿੰਡ ਆ ਗਏ ਜੀ, ਬੈਠੇ ਰਹੇ ਤੇ ਇੱਥੇ ਰਾਏਵਿੰਡ ਆ ਗਏ ਤੇ ਫਿਰ ਅਸੀਂ ਕੋਈ ਮੁਰੱਬਿਆਂ ਦੇ ਨਿਕਲ ਗਿਆ, ਕੋਈ ਦਿਨ ਨਿਕਲ ਗਿਆ, ਕੋਈ ਦਿਨ ਨਿਕਲ ਗਿਆ, ਆਪਣੋ ਆਪਣੇ ਹੀ ਫਿਰ ਨਿਕਲ ਗਏ। ਤੁਹਾਡੇ ਜਿਹੜੇ ਕਾਰ ਦੇ ਸਾਰੇ ਜੀ ਸਨ, ਹਾਂ ਉਹ ਸਾਰੇ ਬਚ ਕੇ ਹੀ ਆ ਗਏ ਸਨ? ਹਾਂ ਉਹ ਆ ਗਏ ਸੀ ਅੱਲਾ ਜੀ ਖਿਆਲ ਕਰ, ਰਸਤੇ ਸਾਹ ਜਿਹੜੇ ਉਹ ਮਾਰੇ ਗਏ, ਰਸਤੇ ਰਸਤੇ ਦੂਰ ਦੂਰ ਫਿਰ ਜਿਹੜੇ ਲੁਧਿਆਣਾ ਸੀ ਉਹ ਮਾਰੇ ਗਏ ਅਤੇ ਸਾਡਾ ਗੜ ਪਿੰਡ ਸੀ ਉਹ ਖਰੀ ਮੇਰੇ ਆ ਗਏ। ਸਹੀ ਹੈ ਸਹੀ ਹੈ, ਇਹਨਾਂ ਨੇ ਕੋਈ ਹਮਲਾ ਵਾਲਾ ਨਹੀਂ ਉੱਥੇ। ਤੁਸੀਂ ਰਾਏਵਿੰਡ ਤੋਂ ਅੱਗੋਂ ਫਿਰ ਇੱਥੇ ਆਏ ਇਸ ਪਿੰਡ 'ਚ? ਆਹੋ ਅਸੀਂ ਥੋਰ ਆ ਗਏ ਨਾ, ਗੰਡਾ ਸੋਣ ਹਾਰਨ ਗਏ ਅਸੀਂ। ਹਾਂਜੀ ਠੀਕ ਆ, ਛੋਟੇ ਟਈਆ ਸੀ ਉਹ ਸਾਨੂੰ ਦਿਖਾਈ ਜਾਂਦੇ, ਸਾਨੂੰ ਕਹਿੰਦੇ ਆ ਗਿਆ ਪਾਕਿਸਤਾਨ ਨਾਰਾ ਜਾਂ ਫਿਰ ਸਾਨੂੰ ਉੱਥੇ ਲੰਘਾ ਲਿਆ, ਉੱਥੇ ਤਾਂ ਗੱਡੀਆਂ ਸਾਨੂੰ ਲਾਤੀਆਂ, ਉਹਦੇ 'ਤੇ ਗੱਡੀਆਂ ਬਾਹ ਤੇ ਸਾਨੂੰ ਗੱਡੀਆਂ 'ਤੇ ਅਸੀਂ ਬਹਿ ਗਏ ਅਤੇ ਰਾਹ ਕਿਹੜੇ ਤੇ ਲੋਕ ਸੀ ਉਹ ਸਾਡਾ ਰੋਟੀਆਂ ਨਾ ਉੱਤੇ ਸਿੱਟ ਜਾਣ, ਕੋਈ ਗੰਢੇ ਕੋਈ ਰੋਟੀਆਂ ਸਿੱਟ ਜਾਣ, ਵਿਚਾਰੇ ਭੁੱਖ ਦੇ ਮਾਰੇ ਭੁੱਖ ਦੇ ਮਾਰੇ ਉਹ ਫਿਰ ਕੋਈ ਗੰਢੇ ਕੋਈ ਰੋਟੀਆਂ ਆਉਂਦੇ ਲੋਕ ਖਾਂਦੇ ਰਹੇ, ਮੁਸੀਬਤਾਂ ਪੈਂਦੀਆਂ ਰਹੀਆਂ ਰਾਹ 'ਚ, ਕਿ ਰੋਟੀ ਮਿਲੇ ਕਿ ਨਹੀਂ ਮਿਲੀ ਰਾਹ 'ਚ, ਭੁੱਖ ਦੁੱਖੇ ਨਾਲ ਆਏ ਅਤੇ ਔਖਾ ਸੀ ਕੰਮ ਜੀ ਅੱਲਾ ਤਾਲਾ ਹੀ ਆ। ਹਾਂਜੀ ਕਸੂਰੋਂ ਅੱਗੇ ਫਿਰ ਤੁਸੀਂ ਐਸੇ ਪਿੰਡ 'ਚ ਆਏ ਸੋ ਪਹਿਲਾਂ? ਨਹੀਂ ਅਸੀਂ ਮੁਰੱਬਿਆਂ ਚਲੇ ਗਏ। ਅੱਛਾ ਅਸੀਂ ਮੁਰੱਬਿਆਂ ਚਲੇ ਗਏ ਚੀਚਾ ਵਤਨੀ, ਚੀਚਾ ਵਤਨੀ ਫਿਰ ਇੱਥੇ ਸਾਡਾ ਅਗਲਾ ਮੁੰਡਾ ਬੈਠਾ ਨਾ ਪਿਓ ਸੀ। ਅੱਛਾ ਇਹ ਜਮਾਦਾਰ ਉਸ ਕੰਮ ਕਰਦਾ ਮੇਲਿਆਂ ਦੇ ਉੱਥੇ, ਉਦੋਂ ਮੇਲੇ ਹੀ ਰਾਹ ਹੁੰਦੀ ਸੀ, ਹੁਣ ਉਸ ਬੈਠੇ ਸਾਨੂੰ ਉਸ ਪੈਲੀ ਪੈ ਗਈ, ਉਹਨੇ ਆਣ ਕੇ ਦੱਸਿਆ ਵੀ ਮੈਂ ਉਸ ਰਾਹ ਪੈਲੀ ਪਈ ਆ ਮੇਲੇ, ਮੈਂ ਉਸ ਮਿਲ ਗਿਆ ਜਮਾਦਾਰ ਕਰਦਾ ਸੀ ਨਾ ਪਿਓ, ਅਗਲਾ ਇੱਥੇ ਮੁੰਡਾ ਬੈਠਾ ਉਹ ਆਇਆ ਵੇਖਣ ਅਤੇ ਇੱਥੇ ਫਿਰ ਸਾਡੇ ਪਿੰਡ ਦਾ ਸ਼ਾਹ ਦੁੱਲਾ ਖਾਨ ਹਾਲੀ ਪੋਸਟ ਸੀਗਾ, ਉਹਨੇ ਕਿਹਾ ਜੱਟੋ ਤੁਸੀਂ ਕਿਧਰ ਨਹੀਂ? ਮੈਂ ਤਾਂ ਐਲਾਨ ਕੀਤਾ ਸੀ ਚਲੋ ਤੁਸੀਂ ਫਿਰ ਉੱਥੇ ਚੱਲਣਾ ਨੱਥੀ, ਮੈਂ ਤਾਂ ਉੱਥੇ ਜਿੰਦਗੀ ਲਵਾਇਆ ਤੁਹਾਡੇ ਮਕਾਨਾਂ ਨੂੰ ਅਤੇ ਤੁਸੀਂ ਕਿਧਰ ਆ ਗਏ? ਇਹਨੇ ਕਿਹਾ ਜਦੋਂ ਮੁਰੱਬਿਆਂ ਦੀ ਨਿਕਲ ਗਿਆ, ਉਹਨੇ ਕਿਹਾ ਅਜੇ ਵੀ ਆ ਜਾਓ, ਅਜੇ ਵੀ ਆ ਜਾਓ, ਮੈਂ ਤੁਹਾਨੂੰ ਮਕਾਨ ਲੈ ਜਾਂਗਾ। ਹਾਂਜੀ ਉਹ ਫਿਰ ਅਸੀਂ ਆ ਗਏ, ਉਹਨੂੰ ਫਿਰ ਦੁਕਾਨ ਲੱਗੇ ਲੈ ਵੀ ਮੈਂ ਨਾਲ ਮਿਲ ਜੁਲ ਕੇ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਨਾਲੇ ਵੀ ਚਲੋ ਉੱਥੇ। ਫਿਰ ਅਸੀਂ ਆਏ ਇੱਥੇ ਨੱਤੀ ਆ ਗਏ, ਦੋ ਤਿੰਨ ਦਿਨ ਨੱਤੀ ਆ ਗਏ ਅਤੇ ਆਹ ਸਿੱਖ ਉੱਠ ਕੇ ਗਏ ਸੀ ਇੱਥੋਂ ਪੰਜ ਸੱਤ ਘਰ, ਮੁਸਲਮਾਨ ਹੋ ਗਏ ਉੱਠ ਕੇ ਗਏ, ਫਿਰ ਇਹਨਾਂ ਘਰਾਂ ਫਿਰ ਅਸੀਂ ਆਏ। ਹਾਂ ਅਤੇ ਇਸ ਪਿੰਡ ਦਾ ਨਾਂ ਕੀ ਹੈ? ਹਾਂ ਫਿਰ ਇਹ ਆ ਗਏ ਉੱਠ ਕੇ ਚਲੇ ਗਏ, ਇਹ ਸਿੱਖ ਮੁਸਲਮਾਨ ਹੋ ਗਏ ਸੀ ਨਾ, ਅਤੇ ਉਹਨਾਂ ਪਿੱਛੇ ਵੀ ਵਾਰਸ ਆ ਗਏ, ਉਹਨਾਂ ਭਰਾ ਆ ਗਿਆ, ਉਹਨਾਂ ਕਿਹਾ ਮੈਂ ਤਾਂ ਤੁਹਾਡੀ ਪੜ੍ਹੀ ਉੱਥੇ ਭਗਤ ਕਰਨਾਲ ਤੋਂ ਆ ਗਏ, ਅਤੇ ਜਿੱਥੇ ਬੈਠੇ ਉਹਨੂੰ ਲੈ ਗਿਆ ਫਿਰ ਟਰੱਕ 'ਚ ਪਾ ਕੇ, ਅਤੇ ਉਹ ਫਿਰ ਸਾਨੂੰ ਪਤਾ ਲੱਗ ਗਿਆ ਉਹ ਚਲੇ ਗਏ, ਫਿਰ ਅਸੀਂ ਉਹਨਾਂ ਮਕਾਨਾਂ 'ਚ ਫਿਰ ਅਸੀਂ ਆਏ ਇਹਨਾਂ ਜੀ। ਇਸ ਪਿੰਡ ਦਾ ਨਾਂ ਕੀ ਹੈ? ਇਹਦੇ ਪਿੰਡ ਬਾਗੜੀਆਂ ਨੌ। ਠੀਕ ਹੈ, ਇਹਦਾ ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਕੋਝਨਾਲਾ। ਤਹਿਸੀਲ? ਤਹਿਸੀਲ ਵਜੀਰਾਬਾਦ। ਇਹਦੇ ਆਲੇ ਦੁਆਲੇ ਕੁਛ ਪੰਜਾਂ ਛਿਆਂ ਪਿੰਡਾਂ ਦੇ ਨਾਂ ਦੱਸੋ ਮੈਨੂੰ। ਜ਼ਿਲ੍ਹਾ ਪਿੰਡ ਬਾਗੜੀਆਂ, ਜ਼ਿਲ੍ਹਾ ਕੋਝਨਾਲਾ, ਤਹਿਸੀਲ ਵਜੀਰਾਬਾਦ। ਹਾਂ ਨਹੀਂ ਨਾਲ ਦੇ ਨਾਲ ਦੀਆਂ ਕੁਛ ਪਿੰਡਾਂ ਦੇ ਨਾਂ ਦੱਸੋ, ਇੱਥੇ ਜਿਹੜੇ ਇੱਥੇ ਨਾਲ ਨਾਲ ਪਿੰਡ ਪੈਂਦੇ ਨੇ ਨਾ, ਜਿਹੜੇ ਨਾਲ ਨਾਲ ਪਿੰਡ ਪੈਂਦੇ ਨੇ ਉਹਨਾਂ ਦੇ ਨਾਂ ਦੱਸੋ, ਚੂ ਪੰਜਾਂ ਪਿੰਡਾਂ ਦੇ ਨਾਲ। ਜੂਸਰਕੋਟ, ਨਾਲਸਾਂ ਦਾ ਕੋਟ ਅਤੇ ਆਪਣਾ ਸੰਘੀਆਂ ਦਾ ਕਿਲਾ, ਉਹਨੇ ਬਾਗੜੀ ਪੁਰਾਣੀਆਂ ਬਾਗੜੀਆਂ ਹੈ ਨੀ, ਦਾਲਾਂ ਚੱਕ। ਹਾਂਜੀ ਹੈ। ਅੱਛਾ ਅਤੇ ਆ ਫਿਰ ਵਿਖੜਾ ਜਾਂਦਾ ਤਿਲਾਂ ਮੀਲਾਂ ਦੇ ਨੱਤਾਂ ਆ ਗਈਆਂ। 73 ਵਰੇ ਹੋ ਗਏ ਨੇ ਵੰਡ ਹੋਇਆਂ ਨੂੰ, 73 ਵਰੇ ਹੋ ਗਏ ਨੇ ਵੰਡ ਹੋਇਆਂ ਨੂੰ 74, ਅਤੇ ਪਿਛਲਾ ਪਿੰਡ ਜਿਹੜਾ ਕਿੰਨਾ ਕੁ ਯਾਦ ਆਉਂਦਾ? ਬੜਾ ਜਲਾਲਾਬਾਦ ਯਾਦ ਤਾਂ ਆਉਂਦਾ ਜੀ, ਜੰਮੇ ਪਲੇ ਜੀ ਅਸੀਂ ਜਲਾਲਾਬਾਦ ਪਿੰਡ ਸਗਣਾ ਸਾਡਾ। ਰਾਤੀ ਖਾਬਾਂ 'ਚ ਆਉਂਦਾ? ਖਾਬਾਂ 'ਚ ਆਉਂਦਾ ਰਾਤੀ? ਆ ਹੀ ਜਾਂਦਾ ਕਿਤੇ, ਆ ਜਾਂਦਾ ਕਿਤੇ, ਜਮਾਂ ਪੋਇਆ ਉਹਦੇ ਜਾ ਹੀ ਜਾਂਦਾ। ਹਾਂਜੀ ਸਾਰੇ ਖਾਬਾਂ ਛੱਡ ਕੇ ਉਂਝ ਦੇਖਦੇ ਹੈਗੇ, ਆਵੇ ਆ ਇੱਥੇ ਜਾ ਸਾਡੇ ਜੂ ਆ ਸਾਡੇ ਖੇਤ ਆ ਸਾਡੇ ਸਾਰੀ ਫਿਰਦੇ। ਤੁਹਾਡੇ ਡੇਰੇ ਦਾ ਨਾਂ ਹੈ ਸੀ ਕੋਈ? ਡੇਰੇ ਸਾਡੇ ਖੂਹਾਂ ਦਾ ਪਿੰਡ ਡੇਰੇ ਹੁੰਦੇ ਸਾਡੇ, ਡੇਰੇ ਨਹੀਂ ਖੂਹਾਂ ਪਿੰਡ ਖੇਤਾਂ ਦੇ ਨਾਂ ਹੁੰਦੇ ਸੀ। ਹਾਂ ਕੀ ਨਾਂ ਨਾਂ ਸੀ? ਨਾਂ ਉਹਦੇ ਸਮੋਰੇ ਵਾਲਾ ਅਤੇ ਆ ਨਾਲੀ ਵਾਲਾ, ਕਿਸੇ ਨਾਲ ਹੋਰ ਕਈ ਜੇ ਨਾਂ ਸਾਡੇ ਹੁੰਦੇ ਖੇਤਾਂ ਦੇ ਨਾਂ ਹੁੰਦੇ ਸਾਡੇ ਖੇਤਾਂ ਚੱਲੇ। ਠੀਕ ਹੈ, ਪਿੰਡ ਜਾਣ 'ਤੇ ਦਿਲ ਕਰਦਾ? ਜਾਣ ਦਿੰਦੇ ਅਗਲੇ, ਹੁਣ ਜਾਣ ਕਰਦਾ, ਹੁਣ ਨਾਲੇ ਨਾਲੀ ਚੜ੍ਹਾਣੀ ਹੁਣ ਮੜਕਾ ਹੋ ਗਿਆ, ਹੁਣ ਪਤਾ ਨਹੀਂ ਹੈ ਕਿ ਨਹੀਂ ਹੈ ਕੀ ਹੈ, ਉਹਦੇ ਉਹਦੇ ਹੁੰਦੇ
ਇਕੱਠੇ ਰਹਿੰਦੇ ਮੁੜ ਕੇ ਖਰਾ ਵੀ ਮਾਲ ਖਾ ਵਗੈਰਾ ਕਿ ਕੀ ਹੋ ਗਿਆ ਕਿ ਇਹਨਾਂ ਨੇ ਜੇ ਉਹ ਸੱਦਣ ਤਾਂ ਫਿਰ ਜਾਓ ਤੇ ਹੁਣ ਜਾਵੇ ਜਦੋਂ ਮਾਲ ਖਾ ਵਗੈਰਾ ਪਤਾ ਨਹੀਂ ਹੁਣ ਕੀ ਜਾਂਗਾ ਇੰਨੇ ਸਾਲ ਹੋ ਗਏ ਆ ਹਾਂ ਇੰਨੇ ਸਾਲ ਹੋ ਗਏ ਕੀ ਪਤਾ ਹੋਣਾ ਤਾਂ ਕੀ ਪਤਾ ਲੱਗਦਾ ਪਤਾ ਪਤਾ 100 ਸਾਲ ਦੇ ਸਾਲ ਦੇ ਹਾਣੀ ਸੀਗੇ ਅਤੇ ਉਹਨਾਂ ਨੂੰ ਅਸੀਂ ਜਾਣਦੇ ਬਹੁਤੇ ਵਡੇਰਿਆਂ ਨੂੰ ਅਸੀਂ ਨਹੀਂ ਸੀ ਜਾਣਦੇ ਉਹਨਾਂ ਨੂੰ ਹਾਂਜੀ ਅਤੇ ਉਹਨਾਂ ਨੂੰ ਉਹਦਾ ਵਡੇਰੇ ਸਾਡੇ ਵਡੇਰਿਆਂ ਨੂੰ ਵਡੇਰੇ ਜਾਣਦੇ ਸੀ ਨਾ ਹਾਂਜੀ ਵਡੇਰਿਆਂ ਵਡੇਰੇ ਜਾਣਦੇ ਸੀ ਅਤੇ ਇਹਨਾਂ ਨੂੰ ਜਾਣਦੇ ਸੀ ਉਹਦੇ ਹਾਣੀਆਂ ਨੂੰ ਜਾਣਦੇ ਸੀ ਠੀਕ ਵਡੇਰਿਆਂ ਨੂੰ ਵਡੇਰੇ ਜਾਣਦੇ ਸੀ ਹਾਣੀਆਂ ਨੂੰ ਜ਼ਮੀਨ ਸਾਰੀ ਲੱਗ ਗਈ ਸੀ ਇੱਥੇ ਆ ਕੇ ਹਾਂ ਜ਼ਮੀਨ ਤਾਂ ਕਾਢ ਹੋ ਗਈ ਨਹੀਂ ਸਾਡੀ ਕਾਢ ਹੋ ਗਏ ਫਿਰ ਫਿਰ ਖੂਹ ਦੀ ਸੀ ਪਵਾਈ ਸਾਂਭੀ ਪੈ ਗਈ ਨਹਿਰ ਦੀ ਖੂਹ ਦੀ ਜੇ ਨਹੀਂ ਸੀ ਉਹਨੇ ਕਾਟ ਹੋ ਕੇ ਮਾਰ ਗਏ ਜ਼ਮੀਨਾਂ ਦੀ ਕਾਟ ਹੋ ਗਏ ਅਤੇ ਪਹਿਲੇ ਉਹ ਚੰਗੇ ਛੋਲੇ ਛਾਪੜੇ ਚੰਗੇ ਤਾਂ ਵੇਜੜ ਪਾ ਲੈਣੇ ਛੋਲਿਆਂ ਕਣਕ ਛੱਡ ਲੈਣੀ ਵੇਜੜ ਸੋ ਜਾਣੇ ਉਹ ਛਾਲ ਲੈਣੇ ਕਣਕ ਵੱਖਰੀ ਕਰ ਲੈਣੇ ਛੋਲੇ ਵੱਖਰੇ ਕਰ ਲੈਣੇ ਹਾਂਜੀ ਹਾਂਜੀ ਅਤੇ ਖੂਹ ਵੀ ਹੈ ਸੀ ਅਤੇ ਪਰ ਇਹਨੇ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਗੱਲਬਾਤ ਕੀਤੀ ਹੈ ਆ ਜੋ ਕਿੰਨੇ ਜਗ੍ਹਾ ਕਿੰਨੀਆਂ ਵੇਖੀ ਹੈ ਕਿੰਨੀ ਵੇਖੀ ਉਹ ਨਹੀਂ ਕਰਨੀ ਹੈ ਵੇਖੀ ਗੱਲ ਉਹ ਨਹੀਂ ਕਰਨੀ ਨਹੀਂ ਕਰਨੀ ਵਾਹਵਾ ਸਿਫਤਾਂ ਤੇਰੀਆਂ ਤੂੰ ਹੈ ਸਰਜਣ ਹਾਰਾ ਬੇਹਦ ਦੁਨੀਆ ਪੈਦਾ ਕੀਤੀ ਸੱਚਾ ਪੱਗ ਸਾਰਾ ਬਾਬੇ ਆਦਮ ਦਾ ਬੁੱਤ ਸਾਜਾ ਲੈ ਕੇ ਮਿੱਟੀ ਗਾਰਾ ਉਹ ਜਿਸ ਵੇਲੇ ਬੁੱਧ ਤਿਆਰਾ ਰੋਣ ਹੋਇਆ ਸ਼ਹਿਰਾ ਉਹ ਡਰਦੀ ਰੋਦਾ ਖੱਲਾ ਆਉਂਦੀ ਕਰਦੀ ਹੈ ਕਿ ਸ਼ੋਰ ਪੁਕਾਰਾ ਇਸ ਹਨੇਰੇ ਅੰਦਰ ਸਾਂਝਾ ਮੇਰਾ ਨਹੀਂ ਗੁਜ਼ਾਰਾ ਛੇਤੀ ਤੋਂ ਕੱਢ ਲਈ ਮੈਨੂੰ ਸੱਚਾ ਪਰਦਾ ਗਾਰਾ ਕਰ ਕਰਾਰ ਖਿਲਾ ਕੀਤਾ ਹੁਕਮ ਦੁਬਾਰਾ ਜਿਸ ਵੇਲੇ ਰੂਹ ਦਾਖਲ ਹੋਏ ਤਾਂ ਮਿਲਿਆ ਤਾਂ ਸਹਾਰਾ ਛਿੱਕ ਹੀ ਉੱਠ ਬੈਠਾ ਕਰਕੇ ਆਪਣਾ ਚਿਹਰਾ ਰੂਹ ਦਾ ਭੇਦ ਮਲੂਮਣ ਸਮਝੇ ਸਮਝਣ ਹਾਰਾ ਇਹਨੂੰ ਸਮਝ ਅਮਰ ਖਿਲਾ ਦੇ ਵਿੱਚ ਰਾਜ ਨਿਆਰਾ ਅਮਾਵਾਂ ਨੂੰ ਪੈਦਾ ਕੀਤਾ ਫਿਰ ਅਖੇ ਦੂਜੀ ਬਾਰਾ ਨਰਮਦੇ ਦਾ ਜੁੜਾ ਬਣ ਗਿਆ ਹੋਇਆ ਸ਼ੁਰੂ ਪਸਾਰਾ ਇਹ ਪਸਾਰਾ ਵੱਧ ਵੱਧ ਗਿਆ ਕੁਲ ਪਸਾਰਾ ਨੂਰ ਨਵੀ ਦਾ ਯਾਰ ਹੋਇਆ ਫਿਰ ਮਾੜੇ ਕਦਮ ਚਮਕਾਰਾ ਵਿੱਚ ਪੁੱਛਣ ਆਖਰ ਹੋ ਗਿਆ ਯਾਰ ਬੁੱਤ ਖਾਨੇ ਮੂਝੇ ਹੋ ਗਏ ਜੇ ਵਧਿਆ ਦੀਨ ਅੰਗਾਰਾ ਕਲਮਾ ਬੁੱਤਾਂ ਨੇ ਬੋਸ ਨਾਲ ਵਲਾਇਤ ਲਿਆ ਜੇ ਭਰਿਆ ਦੀਨ ਅੰਗਾਰਾ ਚਾਰੇ ਯਾਰ ਸੋਨੇ ਚੋਂ ਗਰਮ ਸੁਆਇਆ ਵਿੱਚ ਕਰਾਉਣ ਚੋਂ ਰਵੇ ਜਿੱਤ ਨਾਲ ਬੁਲਾਇਆ ਪਹਿਲਾ ਯਾਰ ਆਵਾ ਬਕਰ ਦੇਖ ਦੂਜਾ ਅਮਰ ਖਿਤਾਬ ਸਤਾਇਆ ਤੀਜਾ ਯਾਰ ਸਮਾਨ ਦੌਲਤ ਮਾਲ ਟਾਇਆ ਸਾਰੀਆਂ ਇੱਟਾਂ ਇਕੱਠੀਆਂ ਕਰਕੇ ਜਮ੍ਹਾਂ ਕਰਾਉਣ ਕਰਾਇਆ ਚੌਥਾ ਯਾਰ ਹਜ਼ਾਰ ਤਾਂ ਲੈਣੇ ਖੈਬਰ ਤੋੜ ਖਾ ਦੇਸਾਂ ਪਈਆਂ ਤੋਂ ਫਿਰ ਡੈਂਕਾ ਫਿਰ ਦੀਨ ਬਿਜਾਇਆ ਹੈ।